ਟ੍ਰਾਂਜੀਸ਼ਨ ਤਲਵੰਡੀ ਅਤੇ ਪ੍ਰਿੰਸੀਪਲ ਸਾਹਿਬ ਤਲਾੜ ਸਾਹਿਬ ਉੱਤੇ ਸੀਗੇ ਅਤੇ ਅਸੀਂ ਉਸੇ ਡਿਊਟੀ ਦੇ ਉੱਤੇ ਬੈਠੇ ਸੀਗੇ ਅਤੇ ਚਰਨਜੀਤ ਨੇ ਇੱਕ ਬੜੀ ਵਧੀਆ ਗੱਲ ਕਹੀ ਅਤੇ ਜਿਹੜੀ ਅੱਜ ਵੀ ਮੇਰੇ ਯਾਦ ਹੈ ਕਿ ਉਹਦਾ ਸੁਭਾਅ ਬਹੁਤ ਹਸਮੁੱਖ ਅਤੇ ਔਖੇ ਵੇਲੇ ਵੀ ਉਹਨੇ ਹੱਸਣਾ ਹੁੰਦਾ ਸੀ ਤਾਂ ਕਿ ਜਿਹੜਾ ਨਾਲ ਦੱਸਣਗੇ ਕਿਸ ਤਰੀਕੇ ਘਬਰਾਉਣ ਨਾਲ। ਉਹ ਕਹਿੰਦਾ ਵੀ ਬਾਪੂ ਨਾਲ ਰਹਿ ਕੇ, ਅਤੇ ਬਾਪੂ ਨਾਲ ਸੰਤ ਰਹਿ ਸੀ ਨੂੰ ਕਿਹਾ, ਕਹਿੰਦਾ ਬਾਪੂ ਨਾਲ ਰਹਿ ਕੇ ਕਹਿੰਦਾ ਜੀਵਨ ਦਾ ਵੀ ਸਵਾਦ ਆ ਗਿਆ, ਕਹਿੰਦਾ ਮਰਨ ਦਾ ਵੀ ਸਵਾਦ ਆ ਗਿਆ। ਕਿ ਉਸ ਵੇਲੇ ਤੱਕ ਇਹ ਸੀਗਾ ਵੀ ਜਿਸ ਥਾਂ 'ਤੇ ਮਰ ਰਹੇ ਹਾਂ ਵੀ ਜਿਸ ਸੌਸ ਨਾਲ ਮਰ ਰਹੇ ਹਾਂ ਵੀ ਇਹ ਤੋਂ ਵਧੀਆ ਮੌਤ ਕੀ ਹੋਏਗੀ, ਇਹ ਚਰਨਜੀਤ ਸਿੰਘ ਲਫ਼ਜ਼ ਕਹੇ ਅਤੇ ਇਸ ਤਰੀਕੇ ਨਾਲ ਗੱਲਾਂ ਬਾਤਾਂ ਕਰਦੇ। ਮਤਲਬ ਉਸ ਵੇਲੇ ਇਹ ਨਹੀਂ ਸੀ ਮਹਿਸੂਸ ਹੋ ਰਿਹਾ ਵੀ ਸਾਨੂੰ ਕੋਈ ਡਰ ਹੈ ਜਾਂ ਸਾਡੇ ਗੋਲੀ ਵੱਜੇਗੀ ਜਾਂ ਕੋਲ ਦੀ ਗੋਲੀ ਲੰਘ ਗਈ ਹੈ ਜਾਂ ਮਤਲਬ ਸਾਨੂੰ ਭੁੱਖ ਲੱਗੀ ਹੈ, ਨਹੀਂ। ਮਤਲਬ ਇਹੀ ਸੀਗਾ ਵੀ ਹੱਸਦੇ ਖੇਡਦੇ ਮਤਲਬ ਜਿਹੜਾ ਸਿੱਖਾਂ ਦਾ ਜਿਹੜੇ ਇੱਕ ਮਿਲਟਰੀ ਦਾ ਲੜਾਈ ਸੀ ਉਹ 'ਚ ਜਿਵੇਂ ਕਹਿੰਦੇ ਆਨੰਦ ਮਾਣ ਰਹੇ ਸੀ, ਉਸ ਲੜਾਈ ਦਾ ਚਾਅ ਚੜਿਆ ਸੀ। 9 ਵਜੇ ਮੈਂ ਕਿਹਾ ਦਰਬਾਰ ਸਾਹਿਬ ਦਰਸ਼ਨ ਕਰਕੇ ਆਉਣੇ ਨੇ, 9:30-10 ਵਜੇ ਦੀ ਗੱਲ ਹੋ ਗਈ। ਅਤੇ ਇੱਕ ਪਾਸੇ ਗੋਲੀ ਚੱਲੇ, ਗੋਲੀ ਵੀ ਅਸਮਾਨ ਗੂੰਜਦਾ ਸੀ, ਆਵਾਜ਼ਾਂ ਆਉਂਦੀਆਂ ਸੀ ਜਦੋਂ ਪਰਿਕਰਮਾ 'ਚ ਨਿਗਾਹ ਮਾਰਦੀ ਸੀ। ਅਤੇ ਪਰਿਕਰਮਾ ਦੇ ਵਿੱਚ ਜਿਵੇਂ ਪੱਥਰ 'ਤੇ ਜਦੋਂ ਗੋਲੀ ਵੱਜਦੀ ਉਹ ਚੰਗਿਆੜੇ ਨਿਕਲਦੇ ਨਾ ਜੀ, ਇੱਦਾਂ ਚੰਗਿਆੜੇ ਨਿਕਲਦੇ ਸਾਰੇ ਪਾਸਿਓਂ। ਅਤੇ ਇਸ ਤਰੀਕੇ ਦਾ ਮਤਲਬ ਹਾਲਾਤ ਪਰਿਕਰਮਾ ਦੇ ਵਿੱਚ ਸੀਗਾ ਜਦੋਂ ਚੀਂ ਚੰਗਿਆੜਾ ਰੌਲਾ ਮਰ ਗਏ ਹੋਏ ਡੁੱਬ ਗਏ ਹੋਏ ਬਾਹਰੋਂ, ਅਤੇ ਮਿਲਟਰੀ ਵਾਲੇ ਨੇ ਵੀ ਮਤਲਬ ਬਾਹਰੋਂ ਚੀਕਾਂ ਮਾਰਦੇ ਸੀ, ਰੌਲਾ ਪੈਂਦਾ ਸੀ, ਆਵਾਜ਼ਾਂ ਸੀ ਗੋਲੀਆਂ ਦੀਆਂ, ਅਨਾਊਂਸਮੈਂਟਾਂ ਵੀ ਸੁਣਦੀਆਂ ਸੀ, ਸਮਝ ਨਹੀਂ ਸੀ ਆਉਂਦੀ ਇੰਨੀ ਗੋਲੀ ਚੱਲਦੀ ਸੀ ਕੀ ਅਨਾਊਂਸਮੈਂਟਾਂ ਸੁਣਦੀਆਂ ਨੇ। ਅਤੇ ਮੈਂ ਜੀ ਉੱਥੋਂ ਨਿਕਲਿਆ, ਉੱਥੋਂ ਨਿਕਲ ਕੇ ਮੈਂ ਦਰਬਾਰ ਸਾਹਿਬ ਨੂੰ ਚਲਾ ਗਿਆ। ਜਦੋਂ ਮਤਲਬ ਮੈਂ ਗੱਲ ਉਸੇ ਆਪਣੇ ਥਾਂ 'ਤੇ ਜਿੱਥੇ ਸਾਡਾ ਮੋਰਚਾ ਸੀਗਾ ਉੱਥੇ ਰੱਖੀ। ਜਦੋਂ ਦਰਬਾਰ ਸਾਹਿਬ ਨੂੰ ਗਿਆ ਤਾਂ ਉਸ ਪਰਿਕਰਮਾ ਦੇ ਵਿੱਚ ਜਾਂ ਦਰਬਾਰ ਸਾਹਿਬ ਦਾ ਬ੍ਰਿਜ ਹੈ ਉਹਦੇ 'ਤੇ ਇਹ ਗੋਲੀਆਂ ਦੀ ਵਾਛੜ ਪੂਰੀ ਚੱਲ ਰਹੀ ਸੀ। ਅਤੇ ਮੈਂ ਉੱਥੋਂ ਡਿਊਟੀ 'ਚ ਰੁਕਿਆ, ਡਿਊਟੀ 'ਚ ਰੁਕ ਕੇ ਮੈਂ ਇੱਕਦਮ ਤੇਜ਼ ਉੱਧਰ ਨੂੰ ਭੱਜਿਆ। ਅਤੇ ਤੇਜ਼ ਨੂੰ ਭੱਜਿਆ ਤਾਂ ਗੋਲੀ ਚੱਲਦੀ ਹੈ ਜੀ, ਅਤੇ ਮਹਾਰਾਜ ਇੰਨੀ ਕਿਰਪਾ ਅਤੇ ਮੇਰੇ ਪੈਰ 'ਚ ਗੋਲੀ ਲੱਗੀ ਸੀ ਥੋੜ੍ਹੀ ਜਿਹੀ, ਉਹ ਵੀ ਗੋਲੀ ਲੱਗੀ ਜਾਂ ਕੋਈ ਬੁੜ ਕੇ ਗੋਲੀ ਲੱਗੀ ਹੈ, ਸੋ ਥੱਲੇ ਥੋੜ੍ਹਾ ਪੈਰ ਪਾਟਿਆ ਸੀ ਹੋਰ ਮੇਰੇ ਕਿਤੇ ਵੀ ਨੀਚਰੀ ਟਾਈ। ਮੈਂ ਦਰਬਾਰ ਸਾਹਿਬ ਅੰਦਰ ਚਲਾ ਗਿਆ, ਉੱਥੇ ਕਾਫੀ ਸਿੰਘ ਸੀਗੇ, ਕੀਰਤਨ ਵਾਲੇ ਸਿੰਘ ਸੀਗੇ, ਇੱਕ ਦੋ ਸਿੰਘ ਉੱਥੇ ਵੀ ਸੀਗੇ। ਉਸ ਵੇਲੇ ਮੈਂ ਨਾਤਾ ਸਿੰਘਾਂ ਦਾ ਜਾਣਦਾ ਨਹੀਂ, ਅਤੇ ਉੱਥੇ ਇੱਕ ਸਿੰਘ 'ਤੇ ਗੋਲੀ ਲੱਗੀ ਜਿਹੜਾ ਕਿ ਕੀਰਤਨ ਵਾਲਾ ਸਿੰਘ ਸੀ, ਪਤਾ ਲਈ ਸਰੀਰ ਦਾ ਸੀ, ਐਨਕਾਂ ਲਈਆਂ ਸੀ ਮੋਟੀਆਂ। ਉਹ ਸਿੰਘ ਸੀ ਬਹੁਤ ਜ਼ਿਆਦਾ ਕਰਲਾਪ ਕਰ ਰਿਹਾ ਸੀ, ਉਦੋਂ ਗੋਲੀ ਲੱਗੀ ਉੱਚੀ ਉੱਚੀ, ਮਤਲਬ ਉੱਥੇ ਕੋਈ ਹਰ ਇੱਕ ਦਾ ਇਹ ਸੀਗਾ ਵੀ ਜੋ ਤਕਲੀਫ ਵੀ ਹੁੰਦੀ ਸੀ ਉਨਾ ਹੀ ਜ਼ੋਰ ਲਾ ਕੇ ਸਤਨਾਮ ਵਾਹਿਗੁਰੂ ਬੋਲਦੇ ਸੀ, ਨਾ ਆ ਕੇ ਚੀਕਾਂ ਮਾਰਦੇ ਸੀ, ਬਹੁਤ ਉੱਚੀ ਉੱਚੀ ਵਾਹਿਗੁਰੂ ਬੋਲ ਰਿਹਾ ਸੀ। ਸਾਨੂੰ ਮਹਿਸੂਸ ਹੁੰਦਾ ਸੀ ਕਿ ਕਮ ਸੇ ਕਮ ਅਸੀਂ ਉਹਨਾਂ ਨੂੰ ਕੁਛ ਕੋਸ਼ਿਸ਼ ਕਰੀਏ, ਹੈਲਪ ਕਰੀਏ। ਅਤੇ ਇੱਕ ਸਿੰਘ ਹੋਰ ਸੀਗਾ, ਸਹਿਜਧਾਰੀ ਸਿੰਘ ਸੀ, ਉਹਨੇ ਕੁਛ ਸਿਰ 'ਤੇ ਪਟਕਾ ਬੰਨਿਆ ਸੀ ਅਤੇ ਉਹਨੇ ਕਿਹਾ ਵੀ ਆਪਾਂ ਇਹਨੂੰ ਜਲ ਛਕਾਉਣਾ। ਅਸੀਂ ਦੋਨੋਂ ਬਾਹਰ ਜਾਣ ਲੱਗੇ ਤਾਂ ਉਹ ਸਿੰਘ ਕਹਿੰਦਾ ਵੀ ਉਹ ਇੱਥੇ ਖੜ੍ਹ ਅਤੇ ਮੈਂ ਲੈ ਕੇ ਆਉਣਾ। ਉਹ ਸਿੰਘ ਪਿਛਲੇ ਦਰਵਾਜ਼ੇ 'ਚੋਂ ਬਾਹਰ ਗਿਆ ਜਿੱਥੇ ਪਿੱਛੇ ਆਪਣਾ ਆਖੀ ਪੌੜੀ ਜਿੱਥੇ ਆਪਾਂ ਜਲ ਛਕਦੇ ਹਾਂ, ਉੱਥੋਂ ਨੇ ਬਾਲਟੀ ਭਰੀ ਅਤੇ ਇਹਨੇ 'ਚੋਂ ਦਰਵਾਜ਼ਾ ਬੰਦ ਕਰਤਾ। ਉਹ ਸਿੰਘ ਨੇ ਉੱਤੋਂ ਵੀ ਜਾ ਕੇ ਉੱਤੋਂ ਪੱਗ ਨਾਲ ਬਾਲਟੀ ਨਾਲ ਤਾਂ ਥੱਲੇ ਪਾਣੀ ਹੈ ਤਾਂ ਅਸੀਂ ਉਸ ਸਿੰਘ ਨੂੰ ਜਲ ਛਕਾਇਆ। ਇਸ ਤਰੀਕੇ ਵੀ ਰਾਤ ਨੂੰ ਫਿਰ 6 ਤਰੀਕ ਦੀ 5 ਵਾਲੀ ਸ਼ਰਜਾਤ ਨੂੰ ਬਹੁਤ ਜ਼ਿਆਦਾ ਮੁਕਾਬਲਾ ਹੋਇਆ, ਉਹਦੇ ਵਿੱਚ ਸਾਨੂੰ ਮਿਲਟਰੀ ਦੀਆਂ ਆਵਾਜ਼ਾਂ ਬਹੁਤ ਨੇੜੇ ਆ ਕੇ ਸੁਣਨ ਲੱਗ ਗਈਆਂ। ਇਹ ਆਵਾਜ਼ਾਂ ਸੁਣਦੀਆਂ ਸੀਗੀਆਂ, ਉਹਦੇ ਬੋਲਦੀਆਂ ਨੇ ਕਰਦੀਆਂ ਗਈਆਂ, ਅਤੇ ਉਸ ਵੇਲੇ ਫਿਰ ਮਿਲਟਰੀ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ, ਅਤੇ ਮਿਲਟਰੀ ਫਿਰ ਉਸ ਵੇਲੇ ਕੱਟ ਗਈ, ਫਾਇਰਿੰਗ ਕੱਟ ਗਈ, ਬੈਕਅਪ ਕਰ ਗਈ। ਫਿਰ ਜਿੱਦਾਂ ਰਾਮਦਾਸ ਲੰਗਰ ਵਾਲੀ ਹਾਲ ਹੈ ਉਸ ਪਾਸੇ ਫਿਰ ਟੈਂਕ ਆਇਆ, ਉਸ ਪਾਸੇ ਟੈਂਕ ਆ ਕੇ ਉਹਨੇ ਬਾਬਾ ਦੀਪ ਸਿੰਘ ਵਾਲੇ ਪਾਸੇ ਨੂੰ ਉਤਾਰਿਆ। ਟੋਟਲ ਜੀ ਮੈਂ ਉਸ ਵੇਲੇ ਆਪ ਟੈਂਕ ਗਿਣੇ ਸੀ ਪ੍ਰਕਰਮਾ ਦੇ ਵਿੱਚ, ਅਤੇ ਲੰਗਰ ਵਾਲੇ ਜਿੱਥੇ 2 ਟੈਂਕ ਉਹਦੇ ਮੂਹਰੇ ਖੜੇ ਸੀ ਲੰਗਰ ਵਾਲੇ ਰਾਮਦਾਸ ਵਾਲੇ, 9 ਟੈਂਕ ਪ੍ਰਕਰਮਾ ਅਤੇ ਉਹਦੇ ਵਿੱਚ ਵਿੱਚ ਖੜੇ ਸੀਗੇ ਜਿਹੜੇ ਮੈਂ ਆਪ 9 ਟੈਂਕ ਗਿਣੇ ਨੇ। ਅਤੇ ਉਹ ਫਿਰ ਟੈਂਕਾਂ ਦੀ ਤੋਪਾਂ ਦੀ ਆਵਾਜ਼ ਮਤਲਬ ਫਿਰ ਚੱਲਦੀ ਸੀਗੀ। ਇਹ ਰਾਤ ਨੂੰ 5 ਵਾਲੀ 6 ਵਾਲੀ ਰਾਤ ਨੂੰ ਇਹ ਟੈਂਕ ਐਂਟਰ ਹੋਏ ਨੇ ਦਰਬਾਰ ਸਾਹਿਬ ਦੇ ਵਿੱਚ। ਨਹੀਂ ਜਦੋਂ ਥੋੜ੍ਹਾ ਦਿਨ ਚੜਿਆ ਤਾਂ 11:30-12 ਵਜੇ ਬਹੁਤ ਜ਼ਿਆਦਾ ਫਾਇਰਿੰਗ ਜ਼ੋਰ 'ਤੇ ਸੀ ਸਾਰੇ ਪਾਸਿਓਂ, ਅਸੀਂ ਅੰਦਰੇ ਸੀਗੇ, ਅੰਦਰੋਂ ਕਈ ਵਾਰ ਦਰਵਾਜ਼ੇ ਦੇ ਬੈਲ ਲੈ ਚੁਣਿਆ ਕਿਸੇ ਪਾਸੋਂ ਦੇਖੀਦਾ ਸੀ, ਪਰ ਕਰਮਾ ਤੋਂ ਉਸ ਵੇਲੇ ਲਾਸ਼ਾਂ ਤੋਂ ਸਵਾਇਆ ਕੁਛ ਨਹੀਂ ਸੀ ਨਜ਼ਰ ਆ ਰਿਹਾ। ਅਤੇ ਲਗਭਗ 11:30-12 ਵਜੇ ਜਿਵੇਂ ਕਹਿੰਦੀ ਵੀ ਛੋਟੀ ਫਾਇਰਿੰਗ ਹੁੰਦੀ, ਇੱਕ ਤਾਂ ਵੱਡੀਆਂ ਤੋਪਾਂ ਦੇ ਫਾਇਰ ਸੀਗੇ ਤੱਕ 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 ਤੱਕ, ਉਸ ਵੇਲੇ ਮਤਲਬ ਇਹ ਕਿਹਾ ਜਾਂਦਾ ਵੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਨਿਕਲੇ, ਅਤੇ ਉਹਨਾਂ ਨੇ ਆ ਕੇ ਜਿੱਥੇ ਅਕਾਲ ਸਾਹਿਬ ਸਨ ਮੋਹਰੇ ਉੱਥੇ ਆ ਕੇ ਫਾਇਰਿੰਗ ਕੀਤੀ, ਹੱਥੋਂ ਹੱਥੀ ਮੁਕਾਬਲਾ ਕਰੀ ਹੋਇਆ। ਅਤੇ ਉਸ ਵੇਲੇ ਬਾਅਦ ਫਾਇਰਿੰਗ ਬੰਦ, ਅਤੇ ਉਸੇ ਦੌਰਾਨ ਜਦੋਂ 7 ਤਰੀਕ ਦਾ ਦਿਨ ਲੰਘ ਗਿਆ ਉੱਥੇ ਬੈਠੇ ਧੁੱਪੇ,
ਤੇ ਜਿਹੜੇ ਮਿਲਟਰੀ ਵਾਲੇ ਸਿੱਖ ਆਫਿਸਰ ਸੀ ਹੌਲਦਾਰ ਰੈਂਕ ਤੱਕ ਸੀਗੇ, ਉਹ ਵਿਚਾਰੇ ਕੀ ਕਰਦੇ ਸੀ, ਮਾਨ ਉਹਦਾ ਭਰਿਆ ਸੀ, ਉਹ ਪ੍ਰਕਰਮਾਂ ਦੀ ਸਫਾਈ ਕਰ ਰਹੇ ਸੀ, ਹਥਿਆਰ ਉਹਨਾਂ ਕੋਲ ਨਹੀਂ ਸੀ, ਉਹ ਪ੍ਰਕਰਮਾਂ ਦੀ ਸਫਾਈ ਕਰ ਰਹੇ, ਧੋਣ ਲੱਗੇ ਤੇ ਅੱਖਾਂ ਤੁਰਾਉਂਦੇ ਸੀ। ਉਹਨਾਂ ਨੂੰ ਇਹ ਸੋਚ ਵੀ ਨਹੀਂ ਸੀ ਵੀ ਅਸੀਂ ਆਪਣੇ ਗੁਰੂ ਘਰ ਦੇ ਉੱਤੇ ਅਸੀਂ ਆਪੇ ਹਮਲਾ ਕਰਾਂਗੇ। ਉਹ ਅੱਖਾਂ ਭਰੀਆਂ ਰੋਂਦੇ ਸੀ ਤੇ ਪ੍ਰਕਰਮਾਂ ਸਾਫ਼ ਕਰ ਰਹੇ ਸੀ। ਉਸ ਵੇਲੇ ਇੱਕ ਹਾਦਸਾ ਹੋਇਆ ਕਿ ਅੰਮ੍ਰਿਤਸਰ ਦਾ ਕੁੱਲ ਹਿੰਦੂ, ਕਈ ਵਾਰੀ ਜਦੋਂ ਤਾਂ ਸਿੱਖ ਇਤਿਹਾਸ ਨੂੰ ਯਾਦ ਕਰੀਦਾ ਫਿਰ ਤਾਂ ਸੋਚੀਦਾ ਵੀ ਨਹੀਂ ਹਿੰਦੂ ਸਾਰੇ ਦੋਸ਼ੀ ਨਹੀਂ, ਮਹਾਰਾਜ ਨੇ ਸਾਨੂੰ ਹੁਕਮ ਬਖਸ਼ਿਆ ਵੀ ਆਪਾਂ ਕਿਸੇ ਕੌਮ ਦੀ ਵਿਰੋਧਤਾ ਨਹੀਂ ਕਰਨੀ। ਪਰ ਜਦੋਂ ਉਹ ਹਾਲਾਤ ਯਾਦ ਕਰੀਦਾ ਫਿਰ ਸੋਚੀਦਾ ਵੀ ਅੰਮ੍ਰਿਤਸਰ ਸਾਰੇ ਦੋਸ਼ੀ ਸੀ, ਸਾਰੇ ਹਿੰਦੂ ਦੋਸ਼ੀ ਸੀ। ਉਸ ਵੇਲੇ ਅੰਮ੍ਰਿਤਸਰ ਦੇ ਹਿੰਦੂਆਂ ਨੇ ਕੀ ਕੀਤਾ, ਅੰਮ੍ਰਿਤਸਰ ਸਾਰਾ ਔਰਗਨਾਈਜ਼ ਕੀਤਾ ਗਿਆ, ਘਰ ਘਰ ਪੂਰੀਆਂ ਛੋਲੇ ਬਣੇ, ਪੂਰੀਆਂ ਛੋਲੇ ਬਣ ਕੇ ਖੁਸ਼ੀ ਮਨਾਈ ਤੇ ਪੂਰੀਆਂ ਛੋਲੇ ਤੇ ਲੱਡੂ ਵੰਡਣ ਅੰਮ੍ਰਿਤਸਰ ਦੇ ਹਿੰਦੂ ਪ੍ਰਕਰਮਾਂ ਚ ਆਏ। ਪੰਜਾਬ ਸਾਰਾ ਬੰਦ ਹੈ ਜੀ, ਹਾਂਜੀ ਹਾਂਜੀ ਪੰਜਾਬ ਸਾਰਾ ਬੰਦ ਹੈ, ਪੰਜਾਬ ਸਾਰਾ ਬੰਦ ਹੈ ਤੇ ਹਿੰਦੂ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ। ਤੇ ਜਦੋਂ ਪ੍ਰਕਰਮਾਂ ਚ ਆਏ ਤਾਂ ਜਿੰਨੇ ਤਾਂ ਹਿੰਦੂ ਮਿਲਟਰੀ ਵਾਲੇ ਸੀਗੇ ਉਹ ਖੁਸ਼ੀ ਮਨਾ ਰਹੇ ਸੀ ਤੇ ਉਹਨਾਂ ਤੋਂ ਫੜ ਕੇ ਖਾ ਰਹੇ ਸੀ, ਤੇ ਜਿੰਨੇ ਸਿੱਖ ਫੌਜੀ ਸੀ ਉਹਦੀ ਅੱਖਾਂ ਭਰੀਆਂ ਸੀ, ਉਹਨੇ ਕਿਸੇ ਤਰ੍ਹਾਂ ਤੋਂ ਖਾਣ ਤੋਂ ਕੁਛ ਨਹੀਂ ਕਿਹਾ ਤੇ ਉਹਨਾਂ ਨੇ ਕਿਹਾ ਵੀ ਇੱਥੋਂ ਭੱਜੋ। ਤੇ ਉਹਨੇ ਜਦੋਂ ਸਾਡੇ ਬਰਾਬਰ ਆਇਆ ਸੀ ਦੇਖਿਆ ਕਿ ਅਸੀਂ ਸਾਰੀ ਸੰਗਤ ਉਸ ਵੇਲੇ ਕਿੱਥੋਂ ਹੌਸਲਾ ਆਇਆ, ਮਾਰੇ ਬਾਕੀ ਸਾਰੀ ਸੰਗਤ ਅਸੀਂ ਹੱਥ ਪਿੱਛੇ ਬੰਨੇ ਖੜੇ ਹੋ ਗਏ ਤੇ ਅਸੀਂ ਨਾਰੇ ਲਾਉਣੇ ਸ਼ੁਰੂ ਕਰਤੇ। ਤੇ ਜਦੋਂ ਨਾਰੇ ਦੀ ਆਵਾਜ਼ ਆਈ ਤੇ ਸਾਰੇ ਪਾਸੋਂ ਮਿਲਟਰੀ ਕਦਮ ਐਕਟਿਵ ਹੋ ਗਈ। ਉਹਨੇ ਕਿਹਾ ਗੱਲ ਕੀ ਆ, ਸਿੱਖ ਮੁੰਡਿਆਂ ਨੇ ਕਿਹਾ ਵੀ ਆਹ ਗੰਦ ਪਾਇਆ ਹੈ, ਗੱਲ ਹੈ ਵੀ ਸਾਰੇ ਮਰਨ ਨੂੰ ਤਿਆਰ ਨੇ, ਇਹਨਾਂ ਬਾਹਰ ਕੱਢੋ। ਤੇ ਪ੍ਰਕਰਮਾਂ ਦੇ ਅੱਧ ਦੇ ਵਿੱਚੋਂ ਹੀ ਉਹ ਫਿਰ ਉਹਨਾਂ ਨੇ ਉਹ ਹਿੰਦੂ ਬਾਹਰ ਮੋੜ ਦਿੱਤੇ। ਜਦੋਂ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਘਰ ਘਰ ਪੂਰੀਆਂ ਛੋਲੇ ਬਣੇ ਤੇ ਲੱਡੂ ਹੋਏ, ਅੰਮ੍ਰਿਤਸਰ ਸ਼ਹਿਰ ਔਰਗਨਾਈਜ਼ ਹੋ ਕੇ ਦਰਬਾਰ ਸਾਹਿਬ ਤੇ ਹਮਲੇ ਦੀ ਖੁਸ਼ੀ ਮਨਾਉਣ ਆਇਆ, ਜਿੱਥੋਂ ਅਰਦਾਸਾਂ ਕਰਕੇ ਸਿੰਘਾਂ ਨੇ ਮਤਲਬ 16-16 ਹਜ਼ਾਰ ਦੇ ਜਥੇ ਛਡਾਏ, ਹਿੰਦੂਆਂ ਦੀਆਂ ਲੜਕੀਆਂ ਦੇ ਘਰੋਂ ਘਰੀ ਪਹੁੰਚਾਈਆਂ, ਤੇ ਉਹ ਉਹਨਾਂ ਦੇ ਖਾਨਦਾਨ, ਉਹਨਾਂ ਦੇ ਟੱਬਰ ਤੇ ਦਰਬਾਰ ਸਾਹਿਬ ਤੇ ਹਮਲੇ ਦੀ ਖੁਸ਼ੀ ਮਨਾਉਣ। ਤੇ ਉੱਥੇ ਦੱਸੋ ਵੀ ਮੇਰਾ ਖਿਆਲ ਹੈ ਜਿਹੜਾ ਸਿੰਘ ਵਿਚਾਰਾ ਹਿੰਦੂ ਘਰੇ ਬੈਠਾ ਰਹਿ ਗਿਆ ਹੋਊਗਾ ਉਹਦੇ ਨਾਲ ਅਸੀਂ ਬੇਇਨਸਾਫੀ ਕਰਦੇ ਵੀ ਉਹ ਦੋਸ਼ੀ ਵਿੱਚ ਕਿਹਾ ਜਾਂਦਾ ਨਹੀਂ। ਮੈਂ ਤਾਂ ਕਹਿੰਦਾ ਅੰਮ੍ਰਿਤਸਰ ਦਾ ਕੁੱਲ ਹਿੰਦੂ ਦੋਸ਼ੀ ਸੀ। ਸਾਨੂੰ 20-25-30 ਬੰਦਿਆਂ ਨੂੰ ਇੱਕ ਇੱਕ ਟਰੱਕ ਦੇ ਵਿੱਚ ਜਿਵੇਂ ਕਿ 6 ਬੰਦੇ ਉੱਦਾਂ ਸਿੱਟਣਾ ਸ਼ੁਰੂ ਕਰਤਾ, ਉਹ 2-3 ਬੰਦੇ ਫੜਦੇ ਚੱਕੇ ਵਿੱਚ ਸੁੱਟ ਦਿੰਦੇ ਸੀ। ਹਾਂਜੀ ਜਦੋਂ ਉੱਥੋਂ ਟਰੱਕ ਤੋਰੇ, ਵੱਡੀ ਦੱਸਣ ਵਾਲੀ ਗੱਲ ਹੈ ਕਿ ਉਸ ਵੇਲੇ ਹਾਲਾਤ ਕੀ ਸੀ, ਸਾਡੇ ਵਾਸਤੇ ਕਰਫਿਊ ਸੀ, ਸਿੱਖਾਂ ਵਾਸਤੇ ਕਰਫਿਊ ਸੀ, ਪੰਜਾਬ 'ਚ ਕਰਫਿਊ ਸੀ। ਜਦੋਂ ਟਰੱਕ ਉੱਥੋਂ ਤੁਰੇ ਬਾਜ਼ਾਰ ਦੇ ਵਿੱਚ ਦੀ, ਉਹਨਾਂ ਬਾਜ਼ਾਰਾਂ ਦੇ ਕੋਠਿਆਂ ਦੇ ਉੱਤੇ ਅੰਮ੍ਰਿਤਸਰ ਦਾ ਕੁੱਲ ਹਿੰਦੂ ਖੜਾ ਸੀ। ਸਾਡੇ ਟਰੱਕ ਉੱਥੋਂ ਲੰਘ ਰਹੇ ਸੀ ਤੇ ਤਾੜੀਆਂ ਮਾਰ ਰਹੇ ਸੀ, ਪੂਰਾ ਬਾਜ਼ਾਰ ਅੰਮ੍ਰਿਤਸਰ ਦੇ ਟੱਪਣ ਤੱਕ ਹਰ ਕੋਠੇ ਦੇ ਉੱਤੇ ਪੂਰਾ ਭਰਿਆ ਸੀ, ਤਾੜੀਆਂ ਮਾਰ ਰਹੇ ਸੀ।